ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਸਾਬਕਾ ਕਾਂਗਰਸੀ ਮੰਤਰੀ ਦੇ ਘਰ ਵਿਜੀਲੈਂਸ ਦੀ ਟੀਮ ਪਹੁੰਚੀ ਹੈ ਤਾਂ ਕਾਂਗਰਸ ਦਾ ਇੱਕ ਹੋਰ ਸਾਬਕਾ ਮੰਤਰੀ ਵਿਜੀਲੈਂਸ ਦੇ ਨਿਸ਼ਾਨੇ ਤੇ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਵਿਜੀਲੈਂਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਇਹ ਮਾਮਲਾ ਹੈ। ਗੁਰਪ੍ਰੀਤ ਸਿੰਘ ਕਾਂਗੜ ਦੇ ਘਰ ਵਿਜੀਲੈਂਸ ਦੀ ਟੀਮ ਪਹੁੰਚੀ ਹੈ ਤੇ ਇਸ ਵਾਰ ਪੈਮਾਇਸ਼ ਕਰਨ ਦੇ ਲਈ, ਅਸੈਸਮੈਂਟ ਕਰਨ ਦੇ ਲਈ ਜਿਹੜੀ ਟੀਮ ਹੈ ਉਹ ਵੀ ਨਾਲ ਮੌਜੂਦ ਰਹੀ ਹੈ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜ਼ਿਆਦਾ ਸਹਿਯੋਗ ਜਿਹੜਾ ਹੈ ਉਹ ਟੀਮ ਨੂੰ ਨਹੀਂ ਮਿਲਿਆ ਹੈ। ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਇਹ ਮਾਮਲਾ ਹੈ। ਗੁਰਪ੍ਰੀਤ ਸਿੰਘ ਕਾਂਗੜ ਸਾਬਕਾ ਕਾਂਗਰਸੀ ਮੰਤਰੀ ਨੇ, ਹਾਲਾਂਕਿ ਇੱਕ ਵੇਲੇ ਉਹ ਭਾਜਪਾ ਦੇ ਵਿੱਚ ਵੀ ਸ਼ਾਮਲ ਹੋ ਗਈ ਸੀ ਪਰ ਦੁਬਾਰਾ ਤੋਂ ਕਾਂਗਰਸ ਦੇ ਵਿੱਚ ਘਰ ਵਾਪਸੀ ਕੀਤੀ ਸੀ ਤਾਂ ਕੈਪਟਨ ਵਜ਼ਾਰਤ ਦੇ ਵਿੱਚ ਕਾਂਗਰਸ ਸਰਕਾਰ ਦੇ ਵਿੱਚ ਗੁਰਪ੍ਰੀਤ ਸਿੰਘ ਕਾਂਗੜ ਦੇ ਕੋਲ ਕਈ ਵਿਭਾਗ ਸੀ। ਬਿਜਲੀ ਮੰਤਰੀ ਵੀ, ਰੈਵਨਿਊ ਡਿਪਾਰਟਮੈਂਟ ਵੀ ਸੀ ਉਹਨਾਂ ਕੋਲ, ਵੱਖ ਵੱਖ ਵਿਭਾਗ ਸੀ ਗੁਰਪ੍ਰੀਤ ਸਿੰਘ ਕਾਂਗੜ ਕੋਲ ਅਤੇ ਕਾਂਗਰਸ ਦੇ ਵੱਡੇ ਲੀਡਰਾਂ ਦੇ ਵਿੱਚੋਂ ਇੱਕ ਨੇ ਅਤੇ ਹੁਣ ਵਿਜੀਲੈਂਸ ਦੀ ਰਡਾਰ 'ਤੇ ਨੇ, ਵਿਜੀਲੈਂਸ ਦੇ ਨਿਸ਼ਾਨੇ 'ਤੇ ਨੇ। ਗੁਰਪ੍ਰੀਤ ਸਿੰਘ ਕਾਂਗੜ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ ਹੈ ਅਤੇ ਅਸੈਸਮੈਂਟ ਕਰਨ ਦੇ ਲਈ, ਪੈਮਾਇਸ਼ ਕਰਨ ਦੇ ਲਈ ਕਿ ਪ੍ਰੋਪਰਟੀ ਜਿਹੜੀ ਹੈ ਉਹ ਕਿੰਨੀ ਹੈ, ਕੀ ਚੀਜ਼ਾਂ ਜਿਹੜੀਆਂ ਨੇ ਇਸ ਘਰ ਦੇ ਵਿੱਚ, ਇਸ ਕੋਠੀ ਦੇ ਵਿੱਚ ਲਾਈਆਂ ਗਈਆਂ ਨੇ, ਕਿੱਥੋਂ ਲਿਆਂਦੀਆਂ ਗਈਆਂ ਨੇ, ਕੀ ਬਿੱਲ ਉਹਨਾਂ ਦੇ ਮੌਜੂਦ ਨੇ, GST ਪੇ ਕੀਤਾ ਹੈ ਅਤੇ ਉਹਦੇ ਰਿਸੋਰਸਿਸ ਜਿਹੜੇ ਨੇ ਉਹ ਕਿੱਥੋਂ ਆਈ, ਇਹ ਜਿਹੜੀ ਪ੍ਰੋਪਰਟੀ ਹੈ ਇਸ ਦੇ ਲਈ ਪੈਸੇ ਕਿੱਥੋਂ ਆਏ, ਕੀ ਜਿੰਨੀ ਆਮਦਨ ਸੀ ਉਨੀ ਹੀ ਜਾਇਦਾਦ ਹੈ ਜਾਂ ਫਿਰ ਆਮਦਨ ਤੋਂ ਜਾਇਦਾਦ ਕਈ ਗੁਣਾ ਵੱਧ ਹੈ, ਇਸੇ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਵਿਜੀਲੈਂਸ ਦੀ ਟੀਮ ਪਹੁੰਚੀ ਹੈ ਗੁਰਪ੍ਰੀਤ ਸਿੰਘ ਕਾਂਗੜ ਦੀ ਰਿਹਾਇਸ਼ 'ਤੇ, ਜਿੱਥੇ ਵਿਜੀਲੈਂਸ ਦੀ ਟੀਮ ਦੇ ਨਾਲ ਅਸੈਸਮੈਂਟ ਟੀਮ ਵੀ ਮੌਜੂਦ ਰਹੀ ਹੈ ਅਤੇ ਅਸੈਸਮੈਂਟ ਜਿਹੜੀ ਆ ਉਹ ਕਰਨੀ ਸੀ, ਪੈਮਾਇਸ਼ ਕਰਨੀ ਸੀ ਕਿ ਕਿਹੜੀ ਕਿਹੜੀ ਲੱਕੜੀ ਦੀ ਵਰਤੋਂ ਹੋਈ ਹੈ, ਕਿਹੜਾ ਫਰਨੀਚਰ ਹੈ ਘਰ ਦੇ ਵਿੱਚ, ਕਿਹੜਾ ਕਿਹੜਾ ਸਮਾਨ ਹੈ, ਕਿੱਥੋਂ ਖਰੀਦਿਆ ਗਿਆ ਹੈ, ਕਿੱਥੋਂ ਲਿਆਂਦਾ ਗਿਆ ਸਮਾਨ, ਕਿੰਨੇ ਪੈਸਿਆਂ ਦਾ ਲਿਆਂਦਾ ਗਿਆ, ਕੀ ਜਿਹੜੀ ਜਾਇਦਾਦ ਹੈ ਜਿੰਨੀ ਉਹ ਜਿੰਨੀ ਆਮਦਨ ਸੀ ਉਨੀ ਹੈ ਜਾਂ ਫਿਰ ਉਸ ਤੋਂ ਕਈ ਗੁਣਾ ਵੱਧ ਹੈ, ਇਸੇ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਇਲਜ਼ਾਮ ਨੇ ਗੁਰਪ੍ਰੀਤ ਸਿੰਘ ਕਾਂਗੜ 'ਤੇ। ਸਾਬਕਾ ਕਾਂਗਰਸੀ ਮੰਤਰੀ ਨੇ ਗੁਰਪ੍ਰੀਤ ਸਿੰਘ ਕਾਂਗੜ ਅਤੇ ਇਸ ਵੇਲੇ ਕਾਂਗਰਸ ਦੇ ਵਿੱਚ ਹੀ ਨੇ ਪਰ ਬੀਤੇ ਸਮੇਂ ਦੇ ਵਿੱਚ ਉਹ ਭਾਜਪਾ 'ਚ ਸ਼ਾਮਲ ਹੋਏ ਸਨ, ਬਾਅਦ ਦੇ ਵਿੱਚ ਮੁੜ ਤੋਂ ਘਰ ਵਾਪਸੀ ਕੀਤੀ ਅਤੇ ਹੁਣ ਕਾਂਗਰਸ ਦੇ ਵਿੱਚ ਨੇ ਗੁਰਪ੍ਰੀਤ ਸਿੰਘ ਕਾਂਗੜ, ਸਾਬਕਾ ਕਾਂਗਰਸੀ ਮੰਤਰੀ, ਅਤੇ ਇੱਕ ਵਾਰ ਫਿਰ ਵਿਜੀਲੈਂਸ ਦੀ ਰਡਾਰ 'ਤੇ ਨੇ ਸਾਬਕਾ ਕਾਂਗਰਸੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ।